अच्छा जी, गल मेरी बड़ी समझदारी वाली ते बड़ी डूंगी गल आ। वीडियो पूरी मुकम्मल सुन के जाई, सुनन दा टाइम नहीं तां सेव कर ली, तेरे किते काम आएगी। वफादार बीवी दा अपने बंदे दे सिर ते किन्ना असर हुंदा वा। अज दी आ स्टोरी स्पैशल उना लई आ जिहड़े बंदे शादीशुदा ने, कि एक बादशाह ते उहदा वजीर कितों गुजर रहे सी ते दो मजदूर काम करदे पए सीगे, जिन्हां चों एक मजदूर बड़ा ढिल्ला ढिल्ला मठा काम कर रहा सी ते जिहड़ा दूजा मजदूर सी ना ਉਹ ਉਸ ਮਜ਼ਦੂਰ ਨਾਲੋਂ ਦੁੱਗਣਾ ਕੰਮ ਕਰ ਰਿਹਾ ਸੀ ਤੇ ਬਾਦਸ਼ਾਹ ਦੇਖ ਕੇ ਬੜਾ ਹੈਰਾਨ ਹੋਇਆ। ਕਹਿੰਦਾ ਇੱਕੋ ਜੇ ਹੱਥ ਆ, ਇੱਕੋ ਜੇ ਪੈਰ ਆ, ਇੱਕੋ ਜੇ ਦੋਵੇਂ ਜਵਾਨ ਆ, ਲੇਕਿਨ ਉਹ ਮਜ਼ਦੂਰ ਉਸ ਮਜ਼ਦੂਰ ਨਾਲੋਂ ਦੁੱਗਣਾ ਕੰਮ ਕਰ ਰਿਹਾ, ਇਹਦਾ ਕੀ ਮਤਲਬ ਆ? ਤੇ ਵਜ਼ੀਰ ਨੇ ਨਾ ਬੜੇ ਅਦਬ ਦੇ ਨਾਲ ਜਵਾਬ ਦਿੱਤਾ। ਉਹਨੇ ਕਿਹਾ, ਬਾਦਸ਼ਾਹ ਸਲਾਮਤ, ਇਸ ਮਜ਼ਦੂਰ ਦੀ ਬੀਵੀ ਬਹੁਤ ਵਫਾਦਾਰ ਆ, ਬੜੀ ਪਰਹੇਜ਼ਗਾਰ ਤੇ ਵਫਾਦਾਰ ਆ। ਤੇ ਬਾਦਸ਼ਾਹ ਨੇ ਉਹਦੇ ਮੂੰਹ ਵੱਲ ਵੇਖਿਆ, ਉਹਨੇ ਕਿਹਾ ਇਹਦਾ ਕੀ ਮਤਲਬ ਆ? ਉਹਨੇ ਕਿਹਾ, ਬਾਦਸ਼ਾਹ ਸਲਾਮਤ, ਇਹਦਾ ਮਤਲਬ ਇਹ ਹੀ ਆ ਕਿ ਉਹ ਆਪਣੇ ਬੰਦੇ ਦਾ ਬਹੁਤ ਖਿਆਲ ਰੱਖਦੀ, ਵਫਾ ਕਰਦੀ ਆ। ਬਾਦਸ਼ਾਹ ਨੇ ਕਿਹਾ, ਨਹੀਂ ਜੀ, ਮੈਂ ਇਹ ਗੱਲ ਨਹੀਂ ਮੰਨਦਾ, ਮੈਨੂੰ ਇਸ ਗੱਲ ਦਾ ਸਬੂਤ ਦਿੱਤਾ ਜਾਵੇ। ਵਜ਼ੀਰ ਨੇ ਬਾਦਸ਼ਾਹ ਦੇ ਕੋਲੋਂ ਇੱਕ ਮਹੀਨੇ ਦਾ ਟਾਈਮ ਲੈ ਲਿਆ। ਜਦੋਂ ਮਹੀਨੇ ਦਾ ਟਾਈਮ ਲੈ ਲਿਆ, ਵਜ਼ੀਰ ਨੇ ਉਹ ਬਾਦਸ਼ਾਹ ਦੀ ਬੀਵੀ ਦਾ ਪਤਾ ਕੀਤਾ। ਪਤਾ ਕਰਕੇ ਤੇ ਉਸ ਮਜ਼ਦੂਰ ਦੀ ਬੀਵੀ ਦੇ ਪਿੱਛੇ ਨਾ ਇੱਕ ਨੌਜਵਾਨ ਖੂਬਸੂਰਤ ਲੜਕੇ ਨੂੰ ਉਹਦੇ ਪਿੱਛੇ ਲਾ ਦਿੱਤਾ, ਜਿਹੜਾ ਬੜਾ ਗੱਲਾਂ ਦਾ ਗਲੜੀ ਤੇ ਬੜੀਆਂ ਗੱਲਾਂ ਸੁਣਾਉਣੀਆਂ ਜਾਣਦਾ ਸੀਗਾ। ਉਹਦੀ ਡਿਊਟੀ ਲੱਗ ਗਈ। ਲਓ ਜੀ, ਉਹਨੇ ਉਸ ਮਜ਼ਦੂਰ ਦੀ ਬੀਵੀ ਨੂੰ ਵਰਗਲਾਉਣਾ ਸ਼ੁਰੂ ਕਰ ਦਿੱਤਾ। ਜਦੋਂ ਵਰਗਲਾਉਣਾ ਸ਼ੁਰੂ ਕਰ ਦਿੱਤਾ ਨਾ, ਤੇ ਜਿਹੜੀ ਔਰਤ ਹੁੰਦੀ ਨਾ, ਇਹ ਮੁਹੱਬਤ ਦੀ ਬੜੀ ਭੁੱਖੀ ਹੁੰਦੀ ਆ, ਯਕੀਨ ਕਰੋ। ਔਰਤ ਨੂੰ ਮੁਹੱਬਤ ਅਗਰ ਧੋਖੇ ਦੇ ਗਲਾਫ 'ਚ ਰੱਖ ਕੇ ਵੀ ਦਿੱਤੀ ਜਾਵੇ ਨਾ, ਤੇ ਔਰਤ ਉਹਨੂੰ ਫੇਰ ਵੀ ਕਬੂਲ ਕਰ ਲੈਂਦੀ ਆ। ਖੈਰ ਜੀ, ਉਸ ਲੜਕੇ ਦਾ ਉਸ ਔਰਤ ਤੇ ਜਾਦੂ ਚੱਲ ਗਿਆ। ਉਸ ਲੜਕੇ ਨੇ ਉਸ ਔਰਤ ਨੂੰ ਆਪਣੇ ਜਾਲ ਦੇ ਵਿੱਚ ਫਸਾ ਲਿਆ। ਉਹ ਮਜ਼ਦੂਰ ਦੀ ਬੀਵੀ ਉਸ ਲੜਕੇ ਦੇ ਨਾਲ ਬਿਲਕੁਲ ਮੁਤਮਨ ਹੋ ਗਈ, ਸੈੱਟ ਹੋ ਗਈ। 2-4 ਦਿਨ 5-10 ਦਿਨ ਨੰਗੇ ਉਸ ਮਜ਼ਦੂਰ ਦੀ ਤਾਕਤ ਘਟਦੀ ਗਈ। ਮਹੀਨਾ ਜਦੋਂ ਗੁਜ਼ਰਿਆ ਨਾ, ਤੇ ਬਾਦਸ਼ਾਹ ਸਲਾਮਤ ਸਪੈਸ਼ਲ ਉਸ ਮਜ਼ਦੂਰ ਨੂੰ ਵੇਖਣ ਆਇਆ, ਤੇ ਉਹ ਹੁਣ ਬੜਾ ਥੱਕਿਆ ਟੁੱਟਿਆ ਤੇ ਬੜਾ ਬਿਮਾਰ, ਤੇ ਕੰਮ ਪਹਿਲੇ ਨਾਲੋਂ ਅੱਧਾ ਵੀ ਨਾ ਕਰਦਾ ਪਿਆ ਹੋਵੇ। ਤੇ ਬਾਦਸ਼ਾਹ ਨੇ ਉਹਦੇ ਵੱਲ ਵੇਖਿਆ, ਵਜ਼ੀਰ ਵੱਲ। ਉਹਨੇ ਕਿਹਾ, ਵਾਕਿਆ ਤੇਰੀ ਗੱਲ ਸਹੀ ਆ। ਉਹਨੇ ਮਜ਼ਦੂਰ ਨੂੰ ਆਪਣੇ ਕੋਲ ਸੱਦਿਆ, ਮਜ਼ਦੂਰ ਨੂੰ ਆਪਣੇ ਕੋਲ ਸੱਦ ਕੇ ਕਿਹਾ ਵੀ ਲੈ ਵੀ ਗੁੱਸਾ ਨਾ ਕਰੀ, ਅਸੀਂ ਇਹ ਪਲਾਨ ਬਣਾਇਆ ਸੀ ਤੇ ਸਾਡਾ ਉਹ ਪਲਾਨ ਕਾਮਯਾਬ ਹੋ ਗਿਆ, ਔਰ ਇਹ ਵਾਕਿਆ ਹੀ ਗੱਲ ਹਕੀਕਤ ਆ। ਲੋ ਜੀ, ਉਹ ਮਜ਼ਦੂਰ ਨੂੰ ਬੜਾ ਦੁੱਖ ਆਇਆ ਜਦੋਂ ਆਪਣੇ ਘਰ ਗਿਆ ਨਾ, ਤੇ ਘਰੇ ਗਿਆ ਤੇ ਲੋਟਾ ਲੈ ਕੇ ਤੁਰਿਆ ਜਾ ਰਿਹਾ ਤੇ ਡਿੱਗ ਪਿਆ ਤੇ ਲੋਟਾ ਟੁੱਟ ਗਿਆ, ਤਿੜਕ ਗਿਆ, ਤੇ ਉਹ ਬਹਿ ਕੇ ਤੇ ਰੋਣ ਲੱਗ ਪਿਆ। ਤੇ ਉਹ ਮਜ਼ਦੂਰ ਦੀ ਬੀਵੀ ਬੜੀ ਸਮਝਦਾਰ ਸੀ, ਉਹਦੇ ਕੋਲ ਆਈ। ਉਹ ਕਹਿੰਦੀ, ਭਲਿਆ ਲੋਕਾਂ ਮੇਰੇ ਸਿਰ ਦਿਆ ਸਾਈਆਂ, ਕੀ ਹੋਇਆ, ਕਿਉਂ ਰੋ ਰਿਹਾ? ਉਹਨੇ ਕਿਹਾ, ਮੇਰਾ ਲੋਟਾ ਟੁੱਟ ਗਿਆ। ਉਹਨੇ ਕਿਹਾ, ਇੱਕ ਲੋਟਾ ਹੀ ਸੀਗਾ ਟੁੱਟ ਗਿਆ ਤੇ ਆਪਾਂ ਨਵਾਂ ਲੈ ਆਉਂਦੇ ਹਾਂ, 10 ਰੁਪਈਆਂ ਦਾ ਲੋਟਾ ਆ ਜਾਣਾ। ਉਹਨੇ ਕਿਹਾ, ਲੋਟਾ ਨਵਾਂ ਲਿਆਉਣ ਦਾ ਦੁੱਖ ਨੀਗਾ, ਦੁੱਖ ਇਸ ਗੱਲ ਦਾ ਕਿ ਇਸ ਲੋਟੇ ਨੇ ਮੇਰਾ ਨੰਗ ਵੇਖਿਆ ਸੀ, ਮੈਂ ਇਹਦਾ ਨੰਗ ਵੇਖਿਆ ਸੀਗਾ। ਹੁਣ ਜਿਹੜਾ ਨਵਾਂ ਲੋਟਾ ਲੈ ਕੇ ਆਵਾਂਗਾ, ਮੈਨੂੰ ਦੂਸਰੀ ਵਾਰੀ ਫੇਰ ਉਹਦੇ ਸਾਹਮਣੇ ਬੇਪਰਦਾ ਹੋਣਾ ਪਏਗਾ। ਤੇ ਬੀਵੀ ਉਹਦੇ ਕਦਮਾਂ 'ਚ ਡਿੱਗ ਗਈ ਤੇ ਮਾਫੀ ਮੰਗਣ ਲੱਗ ਪਈ ਕਿ ਮੇਰੇ ਕੋਲੋਂ ਗਲਤੀ ਹੋ ਗਈ, ਮੈਨੂੰ ਮਾਫ ਕਰ ਦੇ। ਹੁਣ ਉਸ ਮਜ਼ਦੂਰ ਨੇ ਪਹਿਲਾਂ ਹੀ ਸਾਰੀ ਗੱਲ ਸੁਣ ਲਈ ਸੀ, ਉਹਨੇ ਉਹਨੂੰ ਮਾਫ ਕਰ ਦਿੱਤਾ ਤੇ ਹਸੀ ਖੁਸ਼ੀ ਆਪਣੀ ਜ਼ਿੰਦਗੀ ਬਸਰ ਕਰਨ ਲੱਗ ਪਏ। ਤੇ ਜਿਨ੍ਹਾਂ ਬੰਦਿਆਂ ਦੀਆਂ ਬੀਵੀਆਂ ਵਫਾਦਾਰ ਹੁੰਦੀਆਂ ਨਾ, ਉਹਨਾਂ 'ਚ ਦੁੱਗਣੀ ਤਾਕਤ ਹੁੰਦੀ ਆ। ਤੇ ਅੱਲਾਹ ਪਾਕ ਹਰ ਮਰਦ ਨੂੰ ਵਫਾਦਾਰ ਬੀਵੀ ਅਤਾ ਕਰੇ ਜੀ। ਆਮੀਨ।